खन्ने इलाके दे एक बहुत ही खतरनाक डाकू सीगा जिहदा नाम सी दया राम। दया राम बजुर्गों के दसण अनुसार नेड़ दे पिंड उही दा सीगा। दया राम दे परिवार दे विच एक इही जी कलेश होया, गड़बड़ होई कि जिहड़ी उहदी भरजाई सी उह विधवा हो गई। उह विधवा हो के क्योंकि जिहड़ा दया राम सी उह डाकू सीगा, बदमाश सी, उह तों डरदी मारी उह इत्थे पट्टियां साडे पिंड मुंशी राम हुंदा सी उहनां दा रिश्तेदार सी उहदे घर आ गई। उह जदों आई तां दया राम उहनूं इत्थों लिजाणा चाहुंदा सी, उह जिहड़ी लड़की सी उह जाणा नहीं चाहुंदी सी। सो दया राम ने एक रात आ के अद्धी रात नूं उह चुवारे कोठे ते पए सी मुंशी राम उह लड़की। ਤਾਂ ਦਿਆ ਰਾਮ ਨੇ ਆ ਕੇ ਗੰਡਾਸੇ ਨਾਲ ਉਹ ਜਿਹੜੀ ਲੜਕੀ ਸੀ ਉਹ ਵਰਤੀ ਅਤੇ ਮੁਨਸ਼ੀ ਰਾਮ ਜ਼ਖਮੀ ਕਰਤਾ। ਉਹ ਕੀ ਹੋਇਆ ਕਿ ਜਦੋਂ ਰੌਲਾ ਪਿਆ ਤਾਂ ਆਲੇ ਦੁਆਲੇ ਜਿਹੜੇ ਲੋਕ ਕੋਠਿਆਂ ਦੇ ਉੱਤੇ ਸੁੱਤੇ ਪਏ ਸੀ, ਉੱਠ ਖੜ੍ਹੇ, ਚਾਨਣੀ ਰਾਤ ਸੀ। ਤਾਂ ਉਹਨਾਂ ਦਿਨਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਪੰਡਿਤ ਰੱਖਾ ਰਾਮ ਉਹਨਾਂ ਦਾ ਜਿਹੜਾ ਪਰਿਵਾਰ ਸੀਗਾ ਉਹ ਉੱਥੇ ਨਾਲ ਹੀ ਰਹਿੰਦਾ ਸੀ ਔਰ ਬਹੁਤ ਵੱਡਾ ਪਰਿਵਾਰ ਸੀਗਾ। ਔਰ ਰੱਖਾ ਰਾਮ ਜੀ ਸਰੀਰਕ ਤੌਰ 'ਤੇ ਬੜੇ ਤਕੜੇ ਸੀ। ਰੱਖਾ ਰਾਮ ਜੀ ਨੇ ਜਦ ਦੇਖਿਆ ਉਹ ਭੱਜ ਕੇ ਆਏ ਕਿਉਂਕਿ ਕੋਠੇ ਨਾਲ ਨਾਲ ਸੀ। ਉਹਨਾਂ ਨੇ ਆ ਕੇ ਦਿਆ ਰਾਮ ਨੂੰ ਪਿੱਛੋਂ ਜੱਫੀ ਪਾ ਲਈ। ਜੱਫੀ ਪਾ ਕੇ ਉਹਨਾਂ ਨੇ ਰੌਲਾ ਪਾਤਾ ਅਤੇ ਹੋਰ ਆਂਢੀ ਗੁਆਂਢੀ ਆ ਗਏ। ਉਹਨਾਂ ਨੇ ਆ ਕੇ ਦਿਆ ਰਾਮ ਬੰਨ੍ਹ ਲਿਆ ਅਤੇ ਬੰਨ੍ਹ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸੋ ਬਸੀ ਉਹਨਾਂ ਦਿਨਾਂ ਦੇ ਵਿੱਚ ਠਾਣਾ ਹੁੰਦਾ ਸੀ ਪੱਟੀਆਂ ਦਾ, ਬਸੀ ਜਾ ਕੇ ਉਹਨੂੰ ਲੈ ਗਏ। ਉਦੋਂ ਬਾਅਦ ਉਹਦੇ ਮੁਕੱਦਮਾ ਚੱਲਿਆ ਅਤੇ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ। ਸੋ ਫਾਂਸੀ ਦੇਣ ਦੇ ਲਈ ਉਹਨੂੰ ਫਿਰ ਇੱਥੇ ਲੈ ਆਉਂਦਾ ਜਿਹੜੀ ਪੱਟੀਆਂ ਦੀ ਇੱਕ ਧਰਮਸ਼ਾਲਾ ਸੀ, ਉਹਦੇ 'ਚ ਪੁਲਿਸ ਦੀ ਗਾਰਦ ਨੇ ਉਹਨੂੰ ਉੱਥੇ ਬੰਦ ਕਰ ਲਿਆ ਅਤੇ ਉਹਨੂੰ ਉੱਥੇ ਹੱਥਕੜੀਆਂ ਲਾ ਕੇ ਬੰਨ੍ਹ ਲਿਆ। ਔਰ ਇਹ ਜਿਹੜਾ ਖੂਹ ਆ, ਇੱਥੇ ਖੂਹ ਸੀਗਾ, ਇਹਨੂੰ ਬ੍ਰਾਹਮਣਾਂ ਦਾ ਖੂਹ ਕਹਿੰਦੇ ਸੀਗੇ। ਇਹ ਜਿਹੜਾ ਖੂਹ ਆ ਇੱਥੇ ਫਿਰ ਉਹਨਾਂ ਨੇ ਪੁਲਿਸ ਨੇ ਇੱਥੇ ਟੋਏ ਪਟਾਏ, ਟੋਏ ਪਟਾ ਕੇ ਗੱਡੇ ਜੋੜੇ, ਰਿਹਰਸਲ ਕੀਤੀ, ਫਿਰ ਇੱਥੇ ਉਹਨੂੰ ਫਾਂਸੀ ਦਿੱਤੀ ਗਈ। ਜਦੋਂ ਫਾਂਸੀ ਦਿੱਤੀ ਉਹ ਮਰ ਗਿਆ। ਇਨ ਦਾ ਮੀਨ ਟਾਈਮ ਜਦ ਇੱਕ ਘੋੜੇ 'ਤੇ ਬੰਦਾ ਆ ਗਿਆ ਜਿਹੜਾ ਸਰਕਾਰੀ ਬੰਦਾ ਸੀ, ਉਹ ਕਹਿੰਦਾ ਵੀ ਦਿਆ ਰਾਮ ਦੀ ਫਾਂਸੀ ਜਿਹੜੀ ਆ ਉਹ ਸਟੇਅ ਹੋ ਗਈ। ਲੇਕਿਨ ਜਿਹੜੇ ਇੱਥੇ ਮੌਜੂਦ ਸੀ ਪੁਲਿਸ ਵਾਲੇ ਉਹਨਾਂ ਨੇ ਇਹ ਗੱਲ ਕਹੀ ਵੀ ਉਹ ਤਾਂ ਮਾਰਿਆ ਗਿਆ। ਪੰਡਿਤ ਰੱਖਾ ਰਾਮ ਜੀ ਦਾ ਜਿਹੜਾ ਮੇਰੇ ਦਾਦਾ ਜੀ ਦਾ ਕੱਦ ਉਹ ਪੰਜ, ਜਿਵੇਂ ਸਾਨੂੰ ਦੱਸਿਆ ਗਿਆ, 6 ਫੁੱਟ 3 ਇੰਚ ਜਾਂ 4 ਇੰਚ ਦੇ ਵਿਚਾਲੇ ਸੀ। ਅਤੇ ਉਹਨਾਂ ਦਾ ਜਿਹੜਾ ਵਜ਼ਨ ਸੀਗਾ ਉਹ ਵੀ ਸਾਨੂੰ ਦੱਸਿਆ ਜਾਂਦਾ ਸੀਗਾ ਜਿਵੇਂ ਵੀ 1.5 ਕੁਇੰਟਲ ਤੋਂ ਉੱਪਰ ਸੀ। ਅਤੇ ਉਹਨਾਂ ਦਾ ਜਿਹੜੀ ਕੱਦ ਕਾਠ ਸੀਗਾ ਉਹਨੂੰ ਦੇਖਦੇ ਹੋਏ ਜਿਹੜਾ ਆਹ ਸਾਡਾ ਜਿਹੜਾ ਚਿਹਰੇ ਦਾ ਥੱਲੇ ਵਾਲਾ ਹਿੱਸਾ ਸੀ ਉਹ ਭਲਵਾਨਾਂ ਵਾਂਗੂ ਲੱਗਦਾ ਸੀ, ਅਤੇ ਗਰਦਨ ਵੀ ਜਿਹੜੀ ਸੀ ਉਹਨਾਂ ਦੀ ਉਹ ਭਲਵਾਨਾਂ ਵਾਂਗੂ ਸੀ, ਅਤੇ ਖਾਣ ਪੀਣ ਵੀ ਖੁੱਲ੍ਹਾ ਸੀ ਔਰ ਭਲਵਾਨੀ ਵੀ ਕਰਦੇ ਸੀਗੇ। ਕਿਹਾ ਜਾਂਦਾ ਇੱਕ ਵਾਰੀ ਕੌੜੀ ਦੇ ਮੇਲੇ 'ਤੇ ਚਲੇ ਗਏ, ਉੱਥੇ ਇੱਕ ਹਲਵਾਈ ਨੇ ਇੱਕ ਆਪਣੇ ਕੜਾਹੀ ਦੇ ਵਿੱਚ ਦੁੱਧ ਰੱਖਿਆ ਹੋਇਆ ਸੀ 8-10 ਕਿਲੋ। ਉਹ ਕਹੇ ਜਾ ਰਿਹਾ ਸੀ ਵੀ ਜਿਹੜਾ ਬੰਦਾ ਦੁੱਧ ਪੀਊ ਉਹਨੂੰ ਮੈਂ 2 ਰੁਪਈਏ ਦੂੰ। ਸੋ ਰੱਖਾ ਰਾਮ ਜੀ ਨੇ ਉਹਨੂੰ ਕਿਹਾ ਵੀ ਦੁੱਧ ਨੂੰ ਫੈਂਟ ਕੇ ਠੰਡਾ ਕਰ ਦੇ। ਰੱਖਾ ਰਾਮ ਜੀ ਦੁੱਧ ਵੀ ਪੀ ਗਏ। ਜਦ ਉਹਨੇ 2 ਰੁਪਈਏ ਦਿੱਤੇ, ਉਹਨਾਂ ਦਿਨਾਂ ਦੇ ਵਿੱਚ 1 ਰੁਪਈਏ ਦੀ ਕਿਲੋ ਸ਼ਾਇਦ ਬਰਫੀ ਹੁੰਦੀ ਸੀ। ਸੋ ਰੱਖਾ ਰਾਮ ਕਹਿੰਦੇ ਵੀ ਉਹ ਕਹਿੰਦਾ ਲਓ ਜੀ 2 ਰੁਪਈਏ। ਉਹ ਕਹਿੰਦਾ ਵੀ 2 ਰੁਪਈਏ ਦੀ ਲੋੜ ਨਹੀਂ, ਤੂੰ ਬਰਫੀ ਉਹ ਦੇ ਦੇ। ਔਰ ਰੱਖਾ ਰਾਮ ਜਿਹੜੀ ਉਹ 2 ਕਿਲੋ ਬਰਫੀ ਤੇ ਉਹ ਵੀ ਖਾ ਗਿਆ।